ਢਾਬੇ ਤੇ ਬੈਠੇ ਨੌਜਵਾਨਾਂ ਤੇ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਕਿਹਾ ਜਾ ਰਿਹਾ ਹੈ ਕਿ 6 ਦੇ ਕਰੀਬ ਨੌਜਵਾਨ ਢਾਬੇ ਤੇ ਬੈਠ ਕੇ ਜਦੋਂ ਖਾਣਾ ਖਾ ਰਹੇ ਸੀ ਤਾਂ ਅਚਾਨਕ ਹੀ ਕੁਝ ਬਦਮਾਸ਼ ਆਉਂਦੇ ਨੇ ਤੇ ਆਉਂਦੇ ਸਾਰ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ, ਜਿਸ ਦੇ ਵਿੱਚ 3 ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤੇ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਢਾਬੇ ਦੇ ਵਿੱਚ ਕੁਝ ਨੌਜਵਾਨ ਜਦੋਂ ਬੈਠ ਕੇ ਖਾਣਾ ਖਾ ਰਹੇ ਸੀ ਤਾਂ ਬਦਮਾਸ਼ਾਂ ਨੇ ਆਉਂਦੇ ਸਾਰ ਹੀ ਗੋਲੀਆਂ ਚਲਾ ਦਿੱਤੀਆਂ। ਕਰੀਬ 7 ਰਾਊਂਡ ਫਾਇਰਿੰਗ ਹੋਈ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਕਰੀਬ 3 ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਹੁਣ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੇਰਾ ਨਾਮ ਸੁਮਿਤ ਹੈਗਾ ਤੇ ਮੈਂ ਵਾਰਡ ਇੰਚਾਰਜ ਹੈਗਾ ਇੱਥੋਂ ਦਾ। ਮੈਨੂੰ ਜਿੱਦਾਂ ਹੀ ਪਤਾ ਲੱਗਾ ਕਿ ਇੱਥੇ ਗੋਲੀਆਂ ਚੱਲੀਆਂ, ਇਹ ਸਾਡੇ ਮੇਰੇ ਬਿਲਕੁਲ ਹੀ ਵਾਰਡ 45 ਦੇ ਵਿੱਚ ਹੈਗਾ, ਮੇਰੇ ਘਰ ਦੇ ਬਿਲਕੁਲ ਨੇੜੇ ਹੈਗਾ, ਉਹ ਹਾਈਵੇ ਦੇ ਉੱਪਰ ਹੈ, ਇਹ ਬਾਸ਼ੀ ਦਾ ਢਾਬਾ ਹੈਗਾ। ਇੱਥੇ 6 ਮੁੰਡੇ ਅੰਦਰ ਆਲਰੇਡੀ ਬੈਠੇ ਹੋਏ ਸੀਗੇ ਜਿਹੜੀ ਗੱਲਬਾਤ ਤੋਂ ਪਤਾ ਲੱਗਿਆ, ਅਤੇ 4-5 ਮੁੰਡੇ ਬਾਹਰ ਡਰਾਟ ਔਰ ਗੋਲੀਆਂ ਲੈ ਕੇ ਆਏ ਨੇ। ਉਹਨਾਂ ਨੇ ਆਉਂਦੇ ਅੰਦਰ ਤੋਂ 8-9 ਫਾਇਰ ਕਰਤੇ ਆ, ਜਿਹਦੇ ਵਿੱਚ 7 ਕੋਲ ਤੇ ਬਰਾਮਦ ਹੋ ਗਏ ਆ ਸਾਨੂੰ ਇਹਨਾਂ ਨੂੰ, ਅਤੇ ਨਾਲ ਹੀ ਅਸੀਂ ਫੋਨ ਕਰ ਦਿੱਤਾ ਗਿਆ, ਸਾਰੀ ਪੁਲਿਸ ਵੀ ਆ ਗਈ, ਆਪਣੀ ਕਾਰਵਾਈ ਕਰਦੀ ਪਈ ਹੈ ਸਾਰਾ ਕੁਛ। ਅਤੇ ਇਹੀ ਚਾਹੁੰਦੇ ਹਾਂ ਕਿਉਂਕਿ ਇਹ ਜਿਹੜੀ ਹੋਏ ਆ ਜਿੱਦਾਂ ਦੇ ਅਟੈਕ ਹੋ ਰਿਹਾ, ਇਹ ਨੋਰਮਲੀ ਆਮ ਜਨਤਾ ਦੇ ਵਿੱਚ ਜਿਹੜੀ ਵੀ ਚੀਜ਼ਾਂ ਦਹਿਸ਼ਤ ਦਾ ਹੈਗਾ, ਇਹਨੂੰ ਜਲਦੀ ਤੋਂ ਜਲਦੀ ਕੀਤਾ ਜਾਏ। ਸਾਡੇ ਸਾਰੇ SHO ਸਾਹਿਬ ਵਗੈਰਾ ਸਾਰੇ ਪੁੱਜ ਗਏ ਨੇ, ਅਤੇ ਮੈਂ ਚਾਹਾਂਗਾ ਕਿ ਇਹ ਚੀਜ਼ਾਂ ਦਾ ਜਲਦੀ ਜਲਦੀ ਹੱਲ ਹੋਏ ਅਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਫੜੇ ਜਾਣ ਜਲਦੀ ਤੋਂ ਜਲਦੀ। ਇੱਥੋਂ 3 ਤੋਂ ਜ਼ਿਆਦਾ ਜ਼ਖਮੀ ਜਿਹੜੇ ਪਤਾ ਲੱਗਿਆ ਕਿ 3 ਤੋਂ ਜ਼ਿਆਦਾ ਜਿਹੜੇ ਆ ਉਹ ਜ਼ਖਮੀ ਹੋ ਚੁੱਕੇ ਆ, ਔਰ ਉਹ ਸਿਵਲ ਹੋਸਪਿਟਲ ਵਿੱਚ ਜਿਹੜਾ ਪਤਾ ਲੱਗਿਆ ਕਿ ਉਹ ਸਿਵਲ ਹੋਸਪਿਟਲ ਦੇ ਵਿੱਚ ਹੈਗੇ। ਇਹਨਾਂ ਸਰਨੇ ਚੌਂਕ ਦੇ ਵਿੱਚ ਇੱਕ ਬਾਸ਼ੀ ਦਾ ਢਾਬਾ ਆ, ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਇੱਥੇ ਗੋਲੀਆਂ ਚੱਲੀਆਂ ਨੇ, ਜੋ ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ ਇਹ ਵੀ ਪਤਾ ਲੱਗਾ ਕਿ ਕੁਝ ਜ਼ਖਮੀ ਹੋਏ ਨੇ 3 ਬੰਦੇ, ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਉਹਦੇ ਬਾਰੇ ਸਾਡੀ ਜਿਹੜੀ ਤਹਿਕੀਕਾਤ ਚੱਲ ਰਹੀ ਆ। ਅਤੇ ਇੱਥੋਂ ਮੌਕੇ ਤੋਂ 7-9 ਸਾਨੂੰ ਮਿਲੇ ਨੇ, ਇਹਦੇ ਸੰਬੰਧ ਵਿੱਚ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ, ਜਿਹੜੇ ਵੀ ਦੋਸ਼ੀ ਹੋਏ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ, ਇਹਦੀ ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਨਵੈਸਟੀਗੇਸ਼ਨ ਤੋਂ ਬਾਅਦ ਹੀ ਡਿਸਕਲੋਜ਼ ਕੀਤਾ ਜਾ ਸਕਦਾ। ਸਿਵਲ ਹੋਸਪਿਟਲ ਪਠਾਨਕੋਟ ਦੀ ਐਮਰਜੈਂਸੀ ਵਿੱਚ ਕਰੀਬ 1:15 ਵਜੇ 2 ਪੇਸ਼ੈਂਟ ਆਏ ਹੈਗੇ ਜਿਨ੍ਹਾਂ ਨੂੰ ਗਨਸ਼ੌਟ ਇੰਜਰੀਜ਼ ਹੋਈਆਂ ਹੈਗੀਆਂ, ਅਤੇ ਇੱਕ ਦਾ ਨਾਮ ਹੈਗਾ ਵਿਕਰਾਮ ਸਿੰਘ ਜਿਹੜਾ ਕਿ ਮੱਡਹੱਟ ਕਾਲੋਨੀ ਕੱਚੇ ਕੁਆਟਰ ਦਾ ਰਹਿਣ ਵਾਲਾ ਹੈ, ਅਤੇ ਦੂਸਰਾ ਜਿਹੜਾ ਨਾਮ ਹੈਗਾ ਲਖਵਿੰਦਰ ਸਿੰਘ, ਇਹ ਨਿਊ ਥਰਿਹਾਲ ਦੇ ਰਹਿਣ ਵਾਲੇ ਹੈਗੇ ਆ। ਦੋਨਾਂ ਦੀ ਉਮਰ ਜਿਹੜੀ ਹੈ 35-36 ਸਾਲ ਦੇ ਕਰੀਬ ਹੈਗੀ ਹੈ, ਅਤੇ ਇਹਨਾਂ ਨੂੰ ਅਸੀਂ ਫਸਟ ਏਡ ਦੇ ਕੇ ਹਾਇਰ ਸੈਂਟਰ ਵਿੱਚ ਰੈਫਰ ਕਰ ਦਿੱਤਾ। ਅਤੇ ਸਰ ਕੀ ਕੰਡੀਸ਼ਨ ਕੀ ਹੈ? ਦੋਨਾਂ ਦੀ ਕੰਡੀਸ਼ਨ ਜਿਹੜੀ ਹੈ ਫਸਟ ਏਡ ਦਿੱਤੀ ਅਸੀਂ, ਉਹਨਾਂ ਨੂੰ ਸਟੇਬਲ ਕਰ ਦਿੱਤਾ ਹੈ, ਦੋਨੋਂ ਸਾਰੇ ਦੋਨੇ ਬੱਚੇ ਜਿਹੜੇ ਹੈਗੇ ਆ ਹੋਸਪਿਟਲ ਸੀਗੇ, ਇਹਨਾਂ ਨੂੰ ਹਾਇਰ ਸੈਂਟਰ ਵਿੱਚ ਰੈਫਰ ਅਗਲੇ ਇਲਾਜ ਲਈ। ਸਰ ਕਿੰਨੀਆਂ ਇਹ ਅਜੇ ਕਲੀਅਰ ਨਹੀਂ ਹੈਗਾ ਹੈ, ਫਾਈਲ 'ਚ ਦੇਖ ਕੇ ਮੈਂ ਤੁਹਾਨੂੰ ਦੱਸ ਦਾਂਗਾ। ਅਤੇ ਜਿਹੜੀ ਪ੍ਰਿਲਿਮਨਰੀ ਇਨਫੋਰਮੇਸ਼ਨ ਹੈਗੀ ਉਹਦੇ ਵਿੱਚ ਵਿਕਰਾਂਤ ਜੀ ਨੂੰ 2 ਗੋਲੀਆਂ ਲੱਗੀਆਂ ਲੱਤਾਂ 'ਤੇ, ਹਿਰ 'ਤੇ ਇੱਕ ਬਾਂਹ 'ਤੇ, ਅਤੇ ਲਖਵਿੰਦਰ ਜੀ ਨੂੰ ਜਿਹੜੀ ਹੈ ਛਾਤੀ 'ਚ। ਸਰ ਤੀਸਰਾ ਪੇਸ਼ੈਂਟ ਸੀਗਾ? 2 ਹੀ ਸਾਡੇ ਕੋਲ, 2 ਪੇਸ਼ੈਂਟ ਰਿਪੋਰਟ ਕੀਤੇ।